ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ ਸਾਰੇ? ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਮੈਂ ਵੀ ਠੀਕ ਹਾਂ ਜੀ। ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ, ਜਿਹਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੋਗ। ਸਾਹਿਬ ਹੈਗਾ ਮੇਰੇ ਬੇਟੇ ਦਾ ਨਾਮ, ਖੁਸ਼ੀ ਹੈਗੀ ਮੇਰੀ ਬੇਟੀ ਦਾ ਨਾਮ। ਇਹਨਾਂ ਦੋਨਾਂ ਦੇ ਨਾਮ ਤੇ ਜਿਹੜੇ ਮੈਂ ਚੈਨਲ ਬਣਾਇਆ ਹੋਇਆ ਹੈ। ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ, ਬਹੁਤ ਸਾਰਾ ਮਤਲਬ ਕਿ ਇਹਨਾਂ ਨੂੰ ਪਿਆਰ ਦੇ ਕੇ ਕਮੈਂਟ ਕਰ ਰਹੇ ਹੋ, ਸਬਸਕ੍ਰਾਈਬਰ ਕੀਤਾ ਹੈ ਚੈਨਲ ਨੂੰ। ਬਹੁਤ ਬਹੁਤ ਦਿਲੋਂ ਧੰਨਵਾਦ ਜੀ। ਇੱਦਾਂ ਹੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ, ਵੱਧ ਤੋਂ ਵੱਧ ਲਾਈਕ ਕਰੋ ਅਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ। ਕਿੰਨੇ ਦਿਨ ਹੋ ਗਏ ਸੀਗੇ, ਮਤਲਬ ਕਿ ਦੋ ਤਿੰਨ 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 ਦਿਨ ਹੋ ਗਏ। ਹਾਂ, ਮੈਂ ਕੋਈ ਵੀ ਵੀਡੀਓ ਅਪਲੋਡ ਨਹੀਂ ਸੀ ਕੀਤੀ ਹੈਗੀ, ਕਿਉਂਕਿ ਮੇਰੀ ਨਾ ਐਕਚੁਲੀ ਤਬੀਅਤ ਵੀ ਖਰਾਬ ਸੀਗੀ। ਤੁਹਾਨੂੰ ਫੇਸ ਤੋਂ ਲੱਗ ਰਿਹਾ ਹੋਵੇਗਾ, ਮੇਰੇ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ। ਇੱਕ ਮੈਂ ਥੋੜ੍ਹੀ ਜਿਹੀ ਬਿਜ਼ੀ ਚੱਲ ਰਹੀ ਸੀ, ਬਹੁਤ ਬਿਜ਼ੀ ਸੀਗੀ। ਅਤੇ ਗੱਲ ਇਹ ਹੈਗੀ ਕਿ ਤੁਹਾਨੂੰ ਪਤਾ ਕਿ ਮੇਰਾ ਹੈਗਾ ਸਟਿਚਿੰਗ ਦਾ ਕੰਮ, ਮੈਂ ਕਰਦੀ ਹਾਂ ਸਟਿਚਿੰਗ ਅਤੇ ਨਾਲ ਹੀ ਮੈਂ ਕਰਦੀ ਹਾਂ ਥੋੜ੍ਹਾ ਪੈਕਿੰਗ ਦਾ ਕੰਮ। ਇਸ ਕਰਕੇ ਦਿਨ ਰਾਤ ਉਹ ਕੰਮ ਕੀਤਾ ਹੈ ਅਤੇ ਬਸ ਉਹਦੇ ਕਰਕੇ ਥਕਾਵਟ ਹੋ ਗਈ ਸੀ ਸਰੀਰ ਨੂੰ ਥੋੜ੍ਹਾ ਜਿਹਾ। ਸਰੀਰ ਜਿਹੜਾ ਨਾ ਬਸ ਜ਼ਿਆਦਾ ਹੀ ਡਿੱਗੜ ਜਿਹਾ ਹੋ ਗਿਆ ਸੀ। ਤੁਹਾਨੂੰ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਆਪਾਂ ਦਿਨ ਰਾਤ ਕੰਮ ਕਰੀਏ ਤਾਂ ਥੋੜ੍ਹਾ ਸਰੀਰ ਡਾਊਨ ਹੋ ਜਾਂਦਾ, ਫਿਰ ਕਿਸੇ ਮਤਲਬ ਕਿ ਕੋਈ ਵੀ ਚੀਜ਼ ਕਰਨ ਨੂੰ ਮਨ ਨਹੀਂ ਕਰਦਾ ਹੈਗਾ, ਹੈ ਨਾ। ਅਤੇ ਬਾਕੀ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਸੀ, ਬਹੁਤ ਸਾਰੇ ਤੁਸੀਂ ਸਵਾਲ ਪੁੱਛੇ ਹੋਏ ਨੇ ਕਿ ਜਿਨ੍ਹਾਂ ਦਾ ਆਪਾਂ ਜਵਾਬ ਦੇਣਾ। ਮੈਂ ਕਿਹਾ ਵੀ ਚਲੋ ਇਕੱਲੇ ਇਕੱਲੇ ਕਮੈਂਟ ਦਾ ਮੈਂ ਕੀ ਰਿਪਲਾਈ ਕਰਾਂਗੀ, ਅਤੇ ਇਹਦੇ ਨਾਲ ਚੰਗਾ ਕਿ ਮੈਂ ਕੋਈ ਵੀਡੀਓ ਬਣਾ ਕੇ ਅਤੇ ਉਹਦੇ ਵੀਡੀਓ ਦੇ ਵਿੱਚ ਹੀ ਸਾਰਾ ਕੁਛ ਦੱਸ ਦੇਵਾਂ ਕਲੀਅਰ, ਹੈ ਨਾ। ਅਤੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਨਾ ਘਰ ਬੈਠੀਆਂ ਕੰਮ ਕਰਨਾ ਚਾਹੁੰਦੀਆਂ ਨੇ, ਹੈ ਨਾ। ਜਿਹੜੇ ਚਲੋ ਮਰਦ ਹੁੰਦੇ ਨੇ, ਜੈਂਟਸ ਹੁੰਦੇ ਨੇ, ਉਹ ਤਾਂ ਚਲੋ ਜਿੱਥੇ ਮਰਜ਼ੀ ਬਾਹਰ ਕੰਮ ਕਰ ਸਕਦੇ ਨੇ, ਉਹ ਤਾਂ ਚਲੋ ਘਰ ਵਿੱਚ ਕੰਮ ਜਿਹੜਾ ਵੀ ਚਲੋ, ਹੈ ਨਾ, ਵੀ ਘਰੇ ਕਰ ਸਕਦੇ ਨੇ, ਬਾਹਰ ਵੀ ਜਿੱਥੇ ਮਰਜ਼ੀ ਕਰ ਸਕਦੇ ਨੇ। ਕਈ ਮੇਰੀਆਂ ਭੈਣਾਂ ਮਜਬੂਰ ਹੁੰਦੀਆਂ ਨੇ ਜਿਹੜੀਆਂ ਮੇਰੇ ਵਰਗੀਆਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ, ਠੀਕ ਹੈ। ਬੱਚੇ ਹੁੰਦੇ ਨੇ, ਪਰਿਵਾਰ ਹੁੰਦਾ, ਦੇਖਣਾ ਪੈਂਦਾ ਸਾਰਾ ਕੁਛ, ਪਰ ਮਜਬੂਰੀਆਂ ਜਿਹੜੀਆਂ ਹੁੰਦੀਆਂ ਨੇ ਸਭ ਕੁਛ ਕਰਵਾ ਦਿੰਦੀਆਂ ਨੇ। ਅਤੇ ਬਸ ਇਸੇ ਚੀਜ਼ ਨੂੰ ਲੈ ਕੇ ਮੈਂ ਤੁਹਾਨੂੰ ਮੋਟੀਵੇਟ ਕਰਦੀ ਰਹਿੰਦੀ ਕਿ ਤੁਸੀਂ ਵੀ ਨਿਰਾਸ਼ ਨਾ ਹੋਇਆ ਕਰੋ, ਕੁਛ ਨਾ ਕੁਛ ਕੰਮ, ਕੋਈ ਨਾ ਕੋਈ ਕੰਮ ਤੁਸੀਂ ਜ਼ਰੂਰ ਕਰਿਆ ਕਰੋ, ਠੀਕ ਹੈ ਜੀ। ਮੈਂ ਵੀ ਪਹਿਲਾਂ ਮੇਰਾ ਵੀ ਜਨਮ ਪਿੰਡ ਵਿੱਚ ਹੀ ਹੋਇਆ, ਮੈਂ ਪਿੰਡ ਦੀ ਹਾਂ, ਜਦੋਂ ਦੀ ਮੇਰੀ ਮੈਰਿਜ ਹੋਈ ਹੈ ਸ਼ਹਿਰ ਵਿੱਚ, ਹੈ ਨਾ। ਅਤੇ ਮੈਂ ਵੀ ਜਾਣ ਚੁੱਕੀ ਹਾਂ ਕਿ ਹਾਂ ਇੱਥੇ ਲੋਕ, ਸ਼ਹਿਰਾਂ ਵਾਲੇ ਲੋਕ ਕਿਉਂ ਰੱਜ ਕੇ ਰੋਟੀ ਖਾਂਦੇ ਆ ਅਤੇ ਕਿਉਂ ਵਧੀਆ ਜ਼ਿੰਦਗੀ ਲਾਈਫ ਵਧੀਆ ਜਿਉਂਦੇ ਆ, ਹੈ ਨਾ। ਕਿਉਂਕਿ ਆਪਾਂ ਜਿਹੜੇ ਥੋੜ੍ਹੇ ਪਿੰਡ ਵਾਲੇ ਲੋਕ ਹੁੰਦੇ ਨੇ, ਇਹ ਥੋੜ੍ਹੇ ਈਗੋ ਵਾਲੇ ਹੁੰਦੇ ਨੇ, ਇਹਨਾਂ 'ਚ ਥੋੜ੍ਹੀ ਜਿਹੀ ਆਕੜ ਹੁੰਦੀ ਹੈ, ਖਾਸ ਕਰਕੇ ਮਰਦਾਂ ਵਿੱਚ। ਸੋਰੀ, ਮਾਇੰਡ ਨਾ ਕਰਿਓ। ਇਹ ਸੋਚਦੇ ਨੇ ਸਾਡੀਆਂ ਘਰ ਵਾਲੀਆਂ ਕੰਮ ਕਰਨਗੀਆਂ, ਸਾਨੂੰ ਫਲਾਣਾ ਕੀ ਕਹੂਗਾ, ਟਮਕਾਣਾ ਕੀ ਕਹੂਗਾ, ਹੈ ਨਾ। ਇਸ ਚੋੜ ਵਿੱਚ ਜਿਹੜੇ ਹੈ ਨਾ ਬਸ ਰਹਿ ਜਾਂਦੇ ਆ। ਅਤੇ ਜਿਹੜੇ ਸ਼ਹਿਰਾਂ ਵਾਲੇ ਲੋਕ ਹੈ ਨਾ, ਉਹ ਜਿਹੜੇ ਹਸਬੈਂਡ ਵਾਈਫ ਹੁੰਦੇ ਨੇ, ਉਹ ਬਰਾਬਰ ਚੱਲਦੇ ਆ, ਉਹ ਬਰਾਬਰ ਘਰ ਚਲਾਉਣ ਦੀ ਕੋਸ਼ਿਸ਼ ਕਰਦੇ ਆ, ਉਹ ਇੱਕ ਦੂਜੇ ਨੂੰ ਬਰਾਬਰ ਦਾ ਦਰਜਾ ਦਿੰਦੇ ਆ, ਇੱਕ ਦੂਜੇ ਨੂੰ ਉਹ ਬਰਾਬਰ ਦਾ ਉਹ ਸਮਝ ਕੇ ਰੱਖਦੇ ਆ ਕਿ ਹਾਂ ਜੇ ਵੀ ਜੈਂਟਸ ਘਰ ਚਲਾ ਸਕਦਾ ਹੈ ਤਾਂ ਲੇਡੀਜ਼ ਵੀ ਘਰ ਚਲਾ ਸਕਦੀ ਹੈ, ਵੀ ਦੋਨਾਂ ਦਾ ਬਰਾਬਰ ਦਾ ਹੁੰਦਾ ਹੈ, ਠੀਕ ਹੈ। ਅਤੇ ਇਸੇ ਕਰਕੇ ਇਹ ਥੋੜ੍ਹਾ ਜਿਹਾ ਜਿਹੜਾ ਸ਼ਹਿਰ ਦਾ ਅਤੇ ਪਿੰਡ ਦਾ ਥੋੜ੍ਹਾ ਫਰਕ ਹੁੰਦਾ ਹੈ। ਅਤੇ ਬਸ ਮੈਂ ਤਾਂ ਇਹੀ ਚਾਹੁੰਦੀ ਹਾਂ ਜਿਹੜੇ ਮੇਰੇ ਭੈਣ ਭਰਾ ਪਿੰਡ ਵਾਲੇ ਨੇ, ਉਹ ਵੀ ਥੋੜ੍ਹੀ ਆਪਣੀ ਸੋਚ ਬਦਲਣ ਅਤੇ ਥੋੜ੍ਹਾ ਜਿਹਾ ਅੱਗੇ ਆਓ, ਠੀਕ ਹੈ। ਜ਼ਮਾਨਾ ਜਿਹੜਾ ਬਹੁਤ ਚੇਂਜ ਹੋ ਚੁੱਕਿਆ, ਤੁਸੀਂ ਪਿਛੜੀ ਸੋਚ ਜਿਹੜੀ, ਪਿਛੜਾ ਜ਼ਮਾਨਾ ਜਿਹੜਾ ਉਹ ਨਾ ਵਰਤੋ, ਥੋੜ੍ਹੀ ਸੋਚ ਬਦਲੋ। ਅਤੇ ਇਸ ਕਰਕੇ ਜ਼ਰੂਰੀ ਨਹੀਂ ਹੈਗਾ ਕਿ ਬਾਹਰ ਜਿਹੜੀਆਂ ਔਰਤਾਂ ਨਿਕਲਣਗੀਆਂ ਅਤੇ ਉਹਨਾਂ ਦੀ ਇੱਜ਼ਤ ਖਰਾਬ ਹੋਊਗੀ, ਉਹ ਸਭ ਕੁਛ ਆਪਣੇ ਹੱਥ ਵਿੱਚ ਹੁੰਦਾ। ਕਿੱਦਾਂ ਆਪਾਂ ਬਾਹਰ ਰਹਿਣਾ ਹੈ, ਕਿੱਦਾਂ ਕੰਮ ਕਾਰ ਕਰਨਾ, ਉਹ ਸਿਰਫ ਆਪਣੇ ਹੱਥ ਵਿੱਚ ਹੁੰਦਾ। ਅਤੇ ਬਸ ਭੈਣਾਂ ਵੀ ਜਿਹੜੀਆਂ ਨੇ ਬਸ ਆਪਣੇ ਹਸਬੈਂਡ ਦਾ ਵਿਸ਼ਵਾਸ ਜਿੱਤ ਕੇ ਕੁਛ ਨਾ ਕੁਛ ਕੰਮ ਜ਼ਰੂਰ ਕਰ ਸਕਦੀਆਂ ਨੇ। ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਤੁਹਾਨੂੰ ਇਹੀ ਚਾਹੁੰਦੀ ਹਾਂ, ਸਮਝਾਉਣਾ ਚਾਹੁੰਦੀ ਹਾਂ ਕਿ ਮੰਨ ਲਓ ਵੈਸੇ ਤਾਂ ਸ਼ਹਿਰ ਵਿੱਚ ਜਿਹੜਾ ਵੀ ਆ ਗਿਆ ਉਹ ਭੁੱਖਾ ਨਹੀਂ ਮਰਦਾ ਹੈਗਾ, ਇੱਥੇ
ਇਹ ਨਹੀਂ ਹੈਗਾ ਕਿ ਸਾਰਿਆਂ ਦੇ ਆਪਣੇ ਖੁਦ ਦੇ ਘਰ ਨੇ, ਕਿਸੇ ਦਾ ਖੁਦ ਦਾ ਘਰ ਨਹੀਂ, ਖੁਦ ਦੇ ਘਰ ਹੈਗੇ ਨੇ ਪਰ ਸਾਰਿਆਂ ਦੇ ਨਹੀਂ ਹੈਗੇ। ਇੱਥੇ ਮਤਲਬ ਕਿ ਜਿੰਨਾ ਲੋਕਾਂ ਨੇ ਮੰਨ ਲਓ ਰੈਂਟ ਤੇ ਦਿੱਤੇ ਹੋਏ ਨੇ, ਜਿਹੜੇ ਲੋਕ ਰੈਂਟ ਤੇ ਆ ਕੇ ਰਹਿ ਰਹੇ ਨੇ ਉਹ ਕੀ ਕਰਦੇ ਪਏ ਨੇ, ਭਾਵੇਂ ਦੋ ਦੋ ਤਿੰਨ ਤਿੰਨ ਜੀ ਆ ਨਾ ਕਰਦੇ, ਜਿਹੜੇ ਵੀ ਰੈਂਟ ਤੇ ਆ ਕੇ ਰਹਿ ਰਹੇ ਉਹ ਸਾਰੇ ਕੰਮ ਕਰਦੇ ਆ, ਇੱਥੇ ਕੰਮ ਕਰਦੇ ਆ ਤੇ ਕੰਮ ਕਰਕੇ ਮੰਨ ਲਓ ਇੱਕ ਜਣੇ ਦੀ ਕਮਾਈ ਦਾ ਉਹ ਰੈਂਟ ਵੀ ਦੇ ਦੇਣ ਤੇ ਦੋ ਜਣਿਆਂ ਦੀ ਕਮਾਈ ਜਿਹੜੀ ਉਹਨਾਂ ਕੋਲ ਬਜਟ ਹੋ ਜਾਂਦੀ ਹੈ। ਠੀਕ ਹੈ, ਇੱਕ ਦਾ ਘਰ ਦਾ ਖਰਚਾ ਰੈਂਟ ਨਿਕਲ ਜਾਂਦਾ ਹੈ, ਬਾਕੀ ਦੂਸਰੇ ਦੀ ਜਿਹੜੀ ਕਮਾਈ ਉਹ ਸੇਵ ਹੋ ਜਾਂਦੀ ਹੈ, ਤੇ ਸੇਵ ਹੋ ਜਾਂਦੀ ਹੈ ਜਦੋਂ ਤੇ ਉਸ ਕਰਕੇ ਉਹ ਥੋੜਾ ਹਾਈ ਫਾਈ ਵਧੀਆ ਲੈਵਲ ਦੀ ਜ਼ਿੰਦਗੀ ਜਿਹੜੀ ਬਤੀਤ ਕਰਨ ਲੱਗ ਜਾਂਦੇ ਆ। ਬਹੁਤ ਸਾਰੇ ਕੰਮ ਨੇ ਤੇ ਹਾਂਜੀ ਕਾਫੀ ਮੈਂ ਪੈਕਿੰਗ ਦੀ ਵੀਡੀਓ ਪਾਈ ਸੀ ਕਿ ਮੈਂ ਪੈਕਿੰਗ ਦਾ ਕੰਮ ਕਰਦੀ ਹਾਂ, ਮੈਂ ਤਾਂ ਮੋਟੀਵੇਟ ਕਰਨ ਵਾਸਤੇ ਤੁਹਾਨੂੰ ਇਹ ਦੱਸਿਆ ਸੀ ਪਾਨੀ ਆ ਵੀਡੀਓ ਕਿ ਦੇਖੋ ਸ਼ਹਿਰ ਵਿੱਚ ਇਹ ਕੰਮ ਹੈਗੇ ਨੇ ਕਿ ਮੈਂ ਕਰ ਸਕਦੀ ਹਾਂ, ਤੁਸੀਂ ਵੀ ਕੋਈ ਨਾ ਕੋਈ ਕੰਮ ਜ਼ਰੂਰ ਕਰ ਸਕਦੇ ਹੋ। ਤੇ ਬਾਕੀ ਮੈਂ ਕੋਈ ਇਹ ਕੰਮ ਨਹੀਂ ਦਿੰਦੀ ਹੈਗੀ, ਕਈ ਮੇਰੇ ਭੈਣ ਭਰਾਵਾਂ ਦਾ ਕਮੈਂਟ ਹੈ ਪਲੀਜ਼ ਸਾਨੂੰ ਇਹ ਕੰਮ ਦੇ ਦਿਓ, ਵੇਖੇ ਤੁਸੀਂ ਪਲੀਜ਼ ਪਲੀਜ਼ ਨਾ ਕਰਿਆ ਕਰੋ ਕਿਉਂਕਿ ਮੇਰਾ ਕੰਮ ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਦਵਾਂ, ਮੈਂ ਤਾਂ ਤੁਹਾਨੂੰ ਦੱਸਦੀ ਹਾਂ ਕਿ ਦੇਖੋ ਮੈਂ ਇਹ ਕੰਮ ਕਰਦੀ ਹਾਂ ਇੱਥੇ ਰਹਿ ਕੇ, ਸਟਿਚਿੰਗ ਦਾ ਵੀ ਕੰਮ ਕਰਦੀ ਹਾਂ ਤੇ ਇੱਥੇ ਸਾਡੇ ਫੈਕਟਰੀਆਂ ਹੈਗੀਆਂ ਨੇ ਲਾਗੇ, ਤਾਂ ਕਿ ਜਿਹੜੇ ਠੇਕੇਦਾਰ ਹੁੰਦੇ ਨੇ ਉੱਥੋਂ ਸਮਾਨ ਲਿਆ ਕੇ ਘਰ ਵਾਲੀਆਂ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਮਹੱਲੇ ਦੀਆਂ ਉਹਨਾਂ ਨੂੰ ਇਹ ਕੰਮ ਦਿੰਦੇ ਆ। ਠੀਕ ਹੈ, ਇਹ ਕੋਈ ਆਨਲਾਈਨ ਕੰਮ ਹੈ ਨਹੀਂ ਕਿ ਜਿਹੜਾ ਤੁਹਾਨੂੰ ਆਨਲਾਈਨ ਮਿਲੇ, ਦੂਰ ਦੂਰ ਤੋਂ ਲੋਕ ਕਮੈਂਟ ਕਰਦੇ ਆ, ਦੂਰ ਦੂਰ ਤੋਂ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਨੇ। ਇੱਕ ਮੇਰੀ ਭੈਣ ਦਾ ਵੈਸੇ ਕਮੈਂਟ ਆਇਆ ਵੀ ਉਹਨਾਂ ਦੇ ਹਸਬੈਂਡ ਨਹੀਂ ਹੈਗੇ ਤੇ ਵੀ ਉਹਨਾਂ ਦੇ ਬੱਚੇ ਆ ਤਿੰਨ ਵੀ ਇਹ ਕੰਮ ਕਰਨਾ ਚਾਹੁੰਦੇ। ਭੈਣੇ ਤੁਸੀਂ ਬਹੁਤ ਦੂਰ ਹੋ, ਮੇਰੇ ਹੱਥ ਵੱਸ ਹੁੰਦਾ ਨਾ ਤੇ ਮੈਂ ਇਹ ਕੰਮ ਤੁਹਾਨੂੰ ਜ਼ਰੂਰ ਦਿੰਦੀ। ਮੈਂ ਪਹਿਲਾਂ ਵੀ ਇਹ ਵੀਡੀਓ 'ਚ ਕਿਹਾ ਮੇਰਾ ਕੰਮ ਹੁੰਦਾ ਮੇਰੇ ਹੱਥ ਵੱਸ ਹੁੰਦਾ ਤੇ ਮੈਂ ਇਹ ਕੰਮ ਤੁਹਾਨੂੰ ਜ਼ਰੂਰ ਦਿੰਦੀ, ਪਰ ਮੇਰੀ ਇੱਥੇ ਵਾਹ ਨਹੀਂ ਚੱਲਦੀ ਹੈਗੀ, ਮੈਂ ਵੀ ਕਿਸੇ ਕੋਲ ਕੰਮ ਲੈਂਦੀ ਹਾਂ, ਮੈਨੂੰ ਵੀ ਘਰ ਬੈਠੇ ਨੂੰ ਇਹ ਕੰਮ ਮਿਲਦਾ ਹੈਗਾ, ਹੈ ਨਾ। ਤੇ ਬਾਕੀ ਇਹ ਕੰਮ ਬਾਹਰ ਨਹੀਂ ਦਿੰਦੇ ਹੈਗੇ, ਜਿਹੜੇ ਕਹਿੰਦੇ ਆ ਨਾ ਸਾਨੂੰ ਐਡਰੈਸ ਦੇ ਦਿਓ, ਸਾਨੂੰ ਫੈਕਟਰੀ ਦਾ ਨਾਮ ਦੱਸ ਦਿਓ, ਇਹ ਕੰਮ ਬਾਹਰ ਉਹ ਨਹੀਂ ਦਿੰਦੇ ਵੀਰੇ, ਬਾਹਰ ਨਹੀਂ ਦਿੰਦੇ ਹੈਗੇ। ਇਹ ਸਿਰਫ ਲੁਧਿਆਣੇ ਜਿਹੜੀ ਲੇਡੀਜ਼ ਹੁੰਦੀ ਉੱਥੇ ਠੇਕੇਦਾਰ ਲੈ ਗਏ, ਉੱਥੇ ਹੀ ਉਹ ਤੁਹਾਨੂੰ ਦੱਸਿਆ ਨਾ ਕਿ ਬਾਹਰ ਦੇਣਗੇ ਤੇ ਉਹਨਾਂ ਦਾ ਤੇਲ ਖਰਚਾ ਹੀ ਨਹੀਂ ਮਸੀਂ ਪੂਰਾ ਹੋਣਾ ਹੈਗਾ, ਤਾਂ ਉਹਨਾਂ ਨੂੰ ਕੀ ਬੱਚਤ ਹੋਵੇਗੀ, ਹੈ ਨਾ, ਬੱਚਤ ਨਹੀਂ ਹੋਣੀ ਕਿਉਂਕਿ ਉਹ ਗਾਂ ਦੀ ਗਾਂ ਪੈਸੇ ਨਾਲ ਪੈਸਾ ਕਮਾਉਂਦੇ ਆ ਤੇ ਫਿਰ ਇਸ ਕਰਕੇ ਗਾਂ ਜ਼ਿਆਦਾ ਦੂਰ ਇਸ ਸਮਾਨ ਨਹੀਂ ਦੇ ਸਕਦੇ, ਤੇ ਨਾ ਇਹ ਆਨਲਾਈਨ ਕੰਮ ਹੈਗਾ, ਇਹ ਆਨਲਾਈਨ ਨਹੀਂ ਹੈਗਾ, ਇਹ ਤਾਂ ਸਿਰਫ ਇੱਕ ਇੱਥੇ ਫੈਕਟਰੀਆਂ ਨੇ, ਇੱਥੇ ਬਹੁਤ ਸਾਰੀਆਂ ਫੈਕਟਰੀਆਂ ਨੇ, ਹਰ ਫੈਕਟਰੀ 'ਚ ਕਿਤੇ ਸ਼ੋਲਾਂ ਦਾ ਕੰਮ ਬਣਦਾ, ਕਿਤੇ ਟੋਪੀਆਂ ਦਾ ਕੰਮ ਬਣਦਾ, ਕਿਸੇ ਮਤਲਬ ਕਿ ਜਿਹੜਾ ਵੀ ਸਰਦੀਆਂ ਵਿੱਚ ਆਪਾਂ ਪਹਿਨਾਵਾ ਪਹਿਨਦੇ ਆ ਉਹ ਸਾਰਾ ਸਮਾਨ ਇੱਥੇ ਬਣਦਾ ਤੇ ਉਹ ਇੱਥੇ ਹੀ ਮਤਲਬ ਕਿ ਹੋ ਜਾਂਦਾ ਹੈ। ਕਾਫੀ ਲੋਕ ਤਾਂ ਜਾ ਕੇ ਲੇਡੀਜ਼ ਵੀ ਜੈਂਟਸ ਵੀ ਉਹ ਫੈਕਟਰੀਆਂ ਵਿੱਚ ਹੀ ਕੰਮ ਕਰਦੇ ਆ, ਉੱਥੇ ਹੀ ਬਹਿ ਕੇ ਕੰਮ ਕਰਦੇ ਆ, ਉੱਥੇ ਉਹ ਦਿਹਾੜੀ ਦਾ ਹਿਸਾਬ ਨਾਲ ਕੰਮ ਕਰਦੇ ਆ, ਜਿਹੜੇ ਠੇਕੇਦਾਰ ਹੁੰਦੇ ਨੇ ਇਹ ਪੀਸਾਂ ਦੇ ਹਿਸਾਬ ਨਾਲ ਲਿਆ ਕੇ ਦਿੰਦੇ ਅੱਗੇ, ਇਸ ਕਰਕੇ ਇਹ ਕੰਮ ਚਲੋ ਘਰਾਂ 'ਚ ਸਾਡੇ ਵਰਗੇ ਲੇਡੀਜ਼ ਨੂੰ ਮਿਲ ਜਾਂਦਾ ਹੈ। ਤੇ ਬਾਕੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਕੱਪੜਿਆਂ ਦਾ ਬਿਜ਼ਨਸ ਕਰ ਸਕਦੇ ਹੋ, ਇੱਥੇ ਫੀਲਡਗੰਜ ਮਾਰਕੀਟ ਆ, ਕਰੀਮਪੁਰਾ ਮਾਰਕੀਟ ਆ, ਘੰਟਾਘਰ ਆ, ਇੱਥੇ ਕੱਪੜੇ ਹੋ ਗਏ, ਜੁੱਤੀਆਂ ਹੋ ਗਈਆਂ, ਜੁਐਲਰੀ ਦਾ ਸਮਾਨ ਹੋ ਗਿਆ, ਮੇਕਅਪ ਦਾ ਸਮਾਨ ਹੋ ਗਿਆ, ਪਾਰਲਰ ਦਾ ਸਮਾਨ ਹੋ ਗਿਆ, ਹਰ ਕਿਸਮ ਦਾ ਸਮਾਨ ਇੱਥੋਂ ਸਸਤਾ ਮਿਲਦਾ। ਕਈ ਭੈਣਾਂ ਪੁੱਛ ਰਹੀਆਂ ਸੀ ਥੋੜ੍ਹਾ ਸਮਾਨ ਵੀ ਮਿਲ ਜਾਂਦਾ, ਹਾਂਜੀ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ, ਇਹ ਜ਼ਰੂਰੀ ਨਹੀਂ ਕਿ ਉਹਨਾਂ ਨੇ ਬੰਦਸ਼ ਬੰਨੀ ਹੋਈ ਕਿ ਇੰਨੇ ਪੈਸੇ ਦਾ ਖਰੀਦੋਗੇ, ਜਿੰਨੇ ਦਾ ਮਰਜ਼ੀ ਤੁਸੀਂ ਸਮਾਨ ਲੈ ਕੇ ਥੋੜ੍ਹਾ ਜਿਹਾ ਲਿਜਾ ਕੇ ਤੁਸੀਂ ਕੋਸ਼ਿਸ਼ ਕਰੋ ਸੇਲ। ਇਹ ਆਨਲਾਈਨ ਵੀ ਦੇ ਦਿੰਦੇ ਆ, ਜਦੋਂ ਤੁਸੀਂ ਇੱਕ ਵਾਰੀ ਮਾਰਕੀਟ 'ਚ ਆ ਕੇ ਸ਼ੋਪ ਵਾਲੇ ਨਾਲ ਗੱਲ ਗੁੱਲ ਕਰਕੇ ਉਹ ਤੁਹਾਨੂੰ ਮਤਲਬ ਕਿ ਆਨਲਾਈਨ ਘਰ ਬੈਠਿਆਂ ਵੀ ਉਹ ਸਮਾਨ ਪਹੁੰਚਾ ਦੇਣਗੇ। ਠੀਕ ਹੈ ਜੀ, ਜਦ ਤੁਸੀਂ ਪੂਰੇ ਪੱਕੇ ਉਹਨਾਂ ਦੇ ਗ੍ਰਾਹਕ ਬਣ ਗਏ ਨਾ, ਤੁਹਾਨੂੰ ਘਰ ਬੈਠਿਆਂ ਨੂੰ ਉਹ ਸਮਾਨ ਦੇ ਦੇਣਗੇ। ਇੱਥੇ ਮਤਲਬ ਕਿ ਹੋਲਸੇਲ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਇੱਦਾਂ ਹੀ ਕਰਦੇ ਆ, ਆਨਲਾਈਨ ਵੀ ਤੁਹਾਨੂੰ ਉਹ ਸਮਾਨ ਦੇ ਦੇਣਗੇ, ਕੱਪੜਾ ਹੋ ਗਿਆ, ਜੋ ਵੀ ਜਿਹੜਾ ਵੀ ਕੋਈ ਸਮਾਨ ਹੋ ਗਿਆ ਆਨਲਾਈਨ ਵੀ ਤੁਹਾਨੂੰ ਮਿਲ ਜੇ ਕਰੇਗਾ ਘਰ ਬੈਠ ਕੇ। ਬਸ ਤੁਸੀਂ ਕੋਸ਼ਿਸ਼ ਕਰੋ ਇੱਕ ਵਾਰੀ ਆਓ ਇਹ ਮਾਰਕੀਟਾਂ ਵਿੱਚ, ਜਿਵੇਂ ਤੁਹਾਨੂੰ ਦੱਸਿਆ ਗੁਰਦੁਆਰਾ ਦੁੱਖਨਿਵਾਰ ਗੁਰਦੁਆਰਾ ਹੈਗਾ ਉੱਥੇ ਰੇਲਵੇ ਸਟੇਸ਼ਨ ਦੇ ਕੋਲ,
ਮਾਰਕੀਟਾਂ ਸ਼ੁਰੂ ਹੋ ਜਾਂਦੀਆਂ ਨੇ ਘੰਟਾ ਘਰ, ਤੁਸੀਂ ਜਿਹਨੂੰ ਕਹਿ ਦਿਓ ਵੀ ਅਸੀਂ ਘੰਟਾ ਘਰ ਜਾਣਾ ਹੈ, ਠੀਕ ਹੈ, ਜੇ ਉੱਥੋਂ ਆਓਗੇ ਜਿਹਨੂੰ ਮਰਜ਼ੀ ਪੁੱਛ ਲਓ ਘੰਟਾ ਘਰ ਜਾਣਾ। ਜਦੋਂ ਤੁਸੀਂ ਘੰਟਾ ਘਰ ਐਂਟਰ ਹੋਗੇ ਨਾ, ਉੱਥੇ ਹਰ ਅੱਗੇ ਦੀ ਅੱਗੇ ਇਹ ਮਾਰਕੀਟਾਂ, ਇੰਨੀਆਂ ਮਾਰਕੀਟਾਂ ਨੇ ਜਿਨ੍ਹਾਂ ਦਾ ਨਾਮ ਮੈਨੂੰ ਯਾਦ ਵੀ ਨਹੀਂ ਹੈਗਾ, ਅਤੇ ਉੱਥੇ ਇੰਨਾ ਸੋਹਣਾ ਅਤੇ ਇੰਨਾ ਸਸਤਾ ਸੁਸਤਾ ਸਮਾਨ ਮਿਲਦਾ। ਜਿਵੇਂ ਹੁਣ ਤਿਉਹਾਰ ਆ ਰਹੇ ਨੇ, ਹੈ ਨਾ, ਤਿਉਹਾਰ ਇਗਨੋਰ ਕਰਨਾ ਥੋੜ੍ਹਾ ਸ਼ੋਰ, ਹੈ ਨਾ, ਜਿਵੇਂ ਹੁਣ ਤਿਉਹਾਰ ਆ ਰਹੇ ਨੇ, ਜਿਵੇਂ ਹੁਣ ਰੱਖੜੀ ਆ ਰਹੀ ਹੈ, ਦੀਵਾਲੀ ਆ ਰਹੀ ਹੈ, ਦੁਸਹਿਰਾ ਆ ਰਿਹਾ, ਤੁਹਾਨੂੰ ਪਤਾ ਹੈ, ਕਰਵਾ ਚੌਥ ਆ ਰਿਹਾ। ਮੇਰੀਆਂ ਜਿਹੜੀਆਂ ਪਿੰਡ ਵਾਲੀਆਂ ਭੈਣਾਂ ਹੁੰਦੀਆਂ ਨੇ, ਇਹਨੂੰ ਇਹੀ ਹੁੰਦਾ ਵੀ ਸਾਨੂੰ ਸਸਤੇ ਤੋਂ ਸਸਤਾ ਸਮਾਨ ਮਿਲੇ ਅਤੇ ਘਰ ਬੈਠੀਆਂ ਨੂੰ ਥੋੜ੍ਹਾ ਨੇੜੇ ਹੀ ਸਮਾਨ ਮਿਲ ਜਾਵੇ, ਬਾਜ਼ਾਰ ਜਾਣ ਨਾਲੋਂ, ਹੈ ਨਾ, ਵੀ ਸਾਨੂੰ ਘਰ ਹੀ ਸਮਾਨ ਇੱਥੇ ਮਿਲ ਜਾਵੇ। ਤੁਸੀਂ ਕੋਸ਼ਿਸ਼ ਕਰੋ, ਕੱਪੜੇ ਖਰੀਦੋ ਇੱਥੋਂ, ਇਹ ਮੇਕਅਪ ਦਾ ਸਮਾਨ ਖਰੀਦੋ, ਜਿਹੜੀਆਂ ਭੈਣਾਂ ਦੇ ਸ਼ੌਂਕ ਹੁੰਦਾ ਹੈ ਮੇਕਅਪ ਕਰਨ ਦਾ, ਇਹ ਸਮਾਨ ਖਰੀਦੋ, ਘਰ ਬੈਠ ਕੇ ਤੁਸੀਂ ਔਨਲਾਈਨ ਇਹ ਸਮਾਨ ਜਿਹੜਾ ਵੇਚ ਸਕਦੇ ਹੋ, ਬਹੁਤ ਸਾਰੀ ਤੁਹਾਨੂੰ ਬੱਚਤ ਹੋਵੇਗੀ। ਤੁਸੀਂ ਜ਼ਰੂਰ ਇਹ ਮਾਰਕੀਟਾਂ ਵਿੱਚ ਜਾਓ, ਠੀਕ ਹੈ ਜੀ, ਘੰਟਾ ਘਰ ਜਾ ਕੇ ਉੱਥੇ ਹਰ ਇੱਕ ਤਰ੍ਹਾਂ ਦੀ ਮਾਰਕੀਟ ਹੈ, ਬੁਟੀਕ ਵਾਲੀਆਂ ਮੇਰੀਆਂ ਭੈਣਾਂ ਉੱਥੋਂ ਲੈਸਾਂ ਖਰੀਦ ਸਕਦੀਆਂ ਨੇ, ਮਤਲਬ ਕਿ ਲਟਕਣਾ ਖਰੀਦ ਸਕਦੀਆਂ ਨੇ, ਸਟੀਚਿੰਗ ਦਾ ਜਿੰਨਾ ਵੀ ਸਮਾਨ ਉੱਥੋਂ ਸਸਤਾ ਮਿਲਦਾ ਹੈ, ਠੀਕ ਹੈ। ਤੁਸੀਂ ਇੱਕ ਵਾਰ ਜ਼ਰੂਰ ਆ ਕੇ ਇੱਥੇ ਆਪਣਾ ਸਮਾਨ ਖਰੀਦੋ। ਗੁੜ ਮੰਡੀ ਹੈਗੀ ਹੈ, ਮੈਂ ਤੁਹਾਨੂੰ ਕਿਹਾ ਵੀ ਮੈਨੂੰ ਕਾਫੀ ਨਾਮ ਯਾਦ ਹੀ ਨਹੀਂ ਹੈਗੇ, ਅਤੇ ਬਾਕੀ ਤੁਸੀਂ ਘੰਟਾ ਘਰ ਜਾਓ, ਉੱਥੋਂ ਮਾਰਕੀਟਾਂ ਸ਼ੁਰੂ ਹੋ ਜਾਂਦੀਆਂ ਨੇ ਮੇਰੀਆਂ ਭੈਣਾਂ, ਸਾਰੀਆਂ ਸਮਾਨ ਖਰੀਦ ਕੇ ਆਪਣਾ ਘਰ ਬਿਜ਼ਨਸ ਚਲਾਓ, ਠੀਕ ਹੈ। ਬਾਕੀ ਇਹ ਕੰਮ ਜਿਹੜਾ ਹੈਗਾ ਪੈਕਿੰਗ ਦਾ, ਬਸ ਇਹ ਖਤਮ ਹੋ ਗਿਆ, ਲਗਭਗ 10-15 ਦਿਨਾਂ ਦਾ ਕੰਮ ਰਹਿ ਗਿਆ, ਇਹ ਕੰਮ ਔਨਲਾਈਨ ਨਹੀਂ ਹੈਗਾ, ਮੈਂ ਇਹੀ ਕਲੀਅਰ ਕਰਨਾ ਚਾਹੁੰਦੀ ਸੀ, ਇਹ ਔਨਲਾਈਨ ਨਹੀਂ ਹੈਗਾ, ਬਾਹਰ ਨਹੀਂ ਮਿਲ ਸਕਦਾ। ਪਲੀਜ਼ ਤੁਸੀਂ ਪਲੀਜ਼ ਪਲੀਜ਼ ਨਾ ਮੈਨੂੰ ਕਰਿਆ ਕਰੋ, ਮੈਨੂੰ ਬੜਾ ਉਹ ਅਕਵਰਡ ਜਿਹਾ ਫੀਲ ਹੁੰਦਾ ਹੈ, ਕਿਉਂਕਿ ਮੈਂ ਵੀ ਇਹਨਾਂ ਸਿਚੁਏਸ਼ਨਾਂ 'ਚ ਗੁਜ਼ਰ ਚੁੱਕੀ ਹਾਂ, ਜਿਹੜੀਆਂ ਮੇਰੀਆਂ ਹੁਣ ਭੈਣਾਂ ਮੇਰੇ ਨਾਲ ਸ਼ੇਅਰ ਕਰਦੀਆਂ ਨੇ ਨਾ, ਅਸੀਂ ਇਸ ਤਕਲੀਫ ਵਿੱਚ ਹਾਂ, ਕਿਸੇ ਇਸ ਤਕਲੀਫ ਵਿੱਚ ਹਾਂ, ਮੈਂ ਸਾਰੀਆਂ ਤਕਲੀਫਾਂ 'ਚ ਗੁਜ਼ਰ ਚੁੱਕੀ ਹਾਂ ਭੈਣੇ, ਅਤੇ ਹੁਣ ਇੱਥੋਂ ਤੱਕ ਆਈ ਹਾਂ, ਤਾਂ ਹੀ ਮੈਂ ਤੁਹਾਨੂੰ ਮੋਟੀਵੇਟ ਕਰਨਾ ਚਾਹੁੰਦੀ ਹਾਂ। ਮੇਰੇ 'ਤੇ ਜਿਹੜਾ ਸਮਾਂ ਆਇਆ ਸੀ ਨਾ, ਮੈਂ ਤੁਹਾਨੂੰ, ਤੁਸੀਂ ਜੇ ਚਾਹੋਗੇ ਨਾ ਕਮੈਂਟ ਕਰਕੇ ਮੈਨੂੰ ਪੁੱਛਿਓ, ਮੈਂ ਤੁਹਾਨੂੰ ਉਹ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੀ ਜੋ ਮੇਰੇ ਨਾਲ ਹੋਇਆ। ਪਰਮਾਤਮਾ ਕਿਸੇ ਨਾਲ ਨਾ ਕਰੇ ਜੋ ਮੇਰੇ ਨਾਲ ਹੋ ਚੁੱਕਾ ਹੈ, ਇਸੇ ਕਰਕੇ ਕਹਿੰਦੀ ਹਾਂ ਤੁਸੀਂ ਵੀ ਨਿਰਾਸ਼ ਨਾ ਹੋਵੋ, ਮੋਟੀਵੇਟ ਹੋਵੋ ਅਤੇ ਆਪਣਾ ਕੰਮ ਧੰਦਾ ਕਰੋ, ਆਪਣੀ ਸੋਹਣੀ ਪਰਵਰਿਸ਼, ਸੋਹਣੀ ਜ਼ਿੰਦਗੀ ਬਤੀਤ ਕਰੋ। ਇੱਕ ਜ਼ਿੰਦਗੀ ਮਿਲਣੀ ਹੈ, ਪਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਹੈ, ਵਿੱਚ ਸੋਹਣਾ ਕਰੋ, ਪਰਮਾਤਮਾ ਦਾ ਨਾਮ ਲਵੋ ਅਤੇ ਆਪਣੀ ਕਿਰਤ ਕਮਾਈ ਕਰੋ। ਅਤੇ ਲਓ ਜੀ, ਅੱਜ ਦੀ ਵੀਡੀਓ ਇੰਨੀ ਕੁ ਹੈ, ਕਮੈਂਟ ਕਰਕੇ ਪੁੱਛ ਲਓ, ਅਗਰ ਕੁਛ ਪੁੱਛਣਾ ਹੋਵੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਵੱਧ ਤੋਂ ਵੱਧ ਲਾਈਕ ਕਰ ਦੇਣਾ। ਫਿਰ ਮਿਲਾਂਗੇ ਆਪਾਂ ਨਈ ਵੀਡੀਓ ਵਿੱਚ, ਬਾਏ ਬਾਏ।